इमीग्रेशन अर्जियां तो बाद पासपोर्ट अर्जियां दा बैकलॉग कैनेडा सरकार लई सिरदर्दी बनिया होया। पहली अप्रैल तो 30 जून तक 8 लाख तो वध पासपोर्ट अर्जियां सर्विस कैनेडा दे दफ्तरां विच पुजियां, जो अपने आप विच एक रिकॉर्ड बनिया होया। महामारी तो पहला 2019 विच इस समय दे दौरान सिर्फ 1,66,000 अर्जियां आईयां सन। ਇਥੋਂ ਤੱਕ ਕਿ ਕੈਨੇਡੀਅਨਸ ਯਾਨੀ ਕਿ ਕੈਨੇਡਾ ਚ ਵਸੇ ਹੋਏ ਮੁਲਕ ਦੇ ਲੋਕ ਵੀ ਪਾਸਪੋਰਟ ਮਿਲਣ ਵਿੱਚ ਹੋ ਰਹੀ ਦੇਰ ਤੋਂ ਅੱਕ ਚੁੱਕੇ ਨੇ। ਇੱਕ ਰਿਪੋਰਟ ਮੁਤਾਬਕ ਵੱਡੀ ਗਿਣਤੀ ਵਿੱਚ ਲੋਕਾਂ ਦੀ ਸ਼ਿਕਾਇਤਾਂ ਮਿਲ ਰਹੀਆਂ ਨੇ ਕਿ ਸਰਵਿਸ ਕੈਨੇਡਾ ਵਾਲੇ ਸਾਫ਼ ਤੌਰ ਤੇ ਦੱਸਦੇ ਹੀ ਨਹੀਂ ਕਿ ਉਹਨਾਂ ਦਾ ਕੰਮ ਕਿੱਥੇ ਤੱਕ ਪਹੁੰਚਿਆ ਅਤੇ ਕਦੋਂ ਤੱਕ ਪਾਸਪੋਰਟ ਮਿਲ ਜਾਵੇਗਾ। ਉਧਰ ਪਰਿਵਾਰ ਭਲਾਈ ਮੰਤਰੀ ਕਰੀਨਾ ਨੇ ਆਖਿਆ ਕਿ ਜਲਦ ਹੀ ਨੋਟੀਫਿਕੇਸ਼ਨ ਸਿਸਟਮ ਲਿਆਂਦਾ ਜਾ ਰਿਹਾ ਹੈ, ਜਿਸ ਰਾਹੀਂ ਪਾਸਪੋਰਟ ਬਿਨੇਕਾਰਾਂ ਨੂੰ ਪਤਾ ਲੱਗ ਸਕੇਗਾ ਕਿ ਉਹਨਾਂ ਦੀ ਅਰਜ਼ੀ ਕਿੱਥੇ ਤੱਕ ਪਹੁੰਚੀ ਹੈ ਅਤੇ ਕਦੋਂ ਤੱਕ ਪਾਸਪੋਰਟ ਮਿਲ ਜਾਵੇਗਾ। ਉਹਨਾਂ ਕਿਹਾ ਕਿ ਫੈਡਰਲ ਸਰਕਾਰ ਸਾਰੀਆਂ ਅਰਜ਼ੀਆਂ ਨੂੰ ਸਿਸਟਮ ਵਿੱਚ ਦਾਖਲ ਕਰਨ ਲਈ ਅਫਸਰਾਂ ਦੀ ਕਮੀ ਇੱਕ ਵੱਡਾ ਅੜਿੱਕਾ ਬਣ ਰਹੀ ਸੀ, ਪਰ ਹੁਣ ਵਧੇਰੇ ਪਾਸਪੋਰਟ ਅਫਸਰ ਤੈਨਾਤ ਕੀਤੇ ਗਏ ਨੇ, ਜੋ ਅਰਜ਼ੀਆਂ ਦਾ ਜਲਦ ਤੋਂ ਜਲਦ ਮੁਲਾਂਕਣ ਕਰਦਿਆਂ ਪਾਸਪੋਰਟ ਜਾਰੀ ਕਰ ਰਹੇ ਹਨ। ਫੈਡਰਲ ਸਰਕਾਰ ਨੇ ਦੱਸਿਆ ਕਿ 4 ਜੁਲਾਈ ਤੋਂ 10 ਜੁਲਾਈ ਤੱਕ ਦੇ ਹਫ਼ਤੇ ਦੇ ਦੌਰਾਨ ਸਰਵਿਸ ਕੈਨੇਡਾ ਦੇ ਸਟਾਫ ਨੇ 9,349 ਘੰਟੇ ਓਵਰ ਟਾਈਮ ਕੀਤਾ ਹੈ ਅਤੇ 1 ਅਪ੍ਰੈਲ ਤੇ ਹੁਣ ਤੱਕ 5,57,000 ਪਾਸਪੋਰਟ ਜਾਰੀ ਕੀਤੇ ਜਾ ਚੁੱਕੇ ਨੇ। ਇੱਥੇ ਦੱਸਣਾ ਬਣਦਾ ਹੈ ਕਿ ਓਨਟੈਰੀਓ ਦੇ ਮਿਲਟਨ ਸ਼ਹਿਰ ਨਾਲ ਸੰਬੰਧਿਤ ਪਰਿਵਾਰ ਵੱਲੋਂ ਸੈਰ ਸਪਾਟੇ ਲਈ $35,000 ਦੇ ਖਰਚੇ ਨਾਲ ਕਰਵਾਈਆਂ ਬੁਕਿੰਗਸ ਸਿਰਫ ਇਸ ਕਰਕੇ ਮਿੱਟੀ ਹੋ ਜਾਣਗੀਆਂ ਕਿਉਂਕਿ ਇਹਨਾਂ ਦੇ ਪਾਸਪੋਰਟ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ। ਪਰ ਹੁਣ ਇਸ ਪਰਿਵਾਰ ਦੀ ਮੰਤਰਾਲੇ ਵੱਲੋਂ ਮੁਸ਼ਕਲ ਤਾਂ ਹੱਲ ਕਰ ਦਿੱਤੀ ਜਾ ਚੁੱਕੀ ਹੈ, ਪਰ ਹੁਣ ਇਹ ਦੇਖਣਾ ਹੋਵੇਗਾ ਕਿ ਉਹਨਾਂ ਲੋਕਾਂ ਦਾ ਜੋ ਕਿ ਕੋਰੋਨਾ ਮਹਾਮਾਰੀ ਦੇ ਦੌਰਾਨ ਕੈਨੇਡਾ ਦੇ ਵਿੱਚ ਫਸੇ ਹੋਏ ਸਨ, ਜਾਂ ਫਿਰ ਕੋਰੋਨਾ ਖਤਮ ਹੋਣ ਤੋਂ ਬਾਅਦ ਹਵਾਈ ਸਫ਼ਰ ਕਰਨਾ ਚਾਹੁੰਦੇ ਨੇ, ਜਾਂ ਫਿਰ ਉਹ ਉਮੀਦਵਾਰ ਜੋ ਕਿ ਕੈਨੇਡਾ ਜਾਣ ਦੇ ਸੁਪਨੇ ਲੈ ਰਹੇ ਨੇ, ਉਹਨਾਂ ਦੇ ਪਾਸਪੋਰਟ ਉਹਨਾਂ ਦੇ ਹੱਥਾਂ ਵਿੱਚ ਕਦੋਂ ਤੱਕ ਆਉਣਗੇ। ਫੈਡਰਲ ਸਰਕਾਰ ਨੇ ਦੱਸਿਆ ਕਿ 4 ਜੁਲਾਈ ਤੋਂ 10 ਜੁਲਾਈ ਤੱਕ ਦੇ ਹਫ਼ਤੇ ਦੇ ਦੌਰਾਨ ਸਰਵਿਸ ਕੈਨੇਡਾ ਦੇ ਸਟਾਫ ਨੇ 9,349 ਘੰਟੇ ਓਵਰ ਟਾਈਮ ਕੀਤਾ ਹੈ ਅਤੇ 1 ਅਪ੍ਰੈਲ ਤੇ ਹੁਣ ਤੱਕ 5,57,000 ਪਾਸਪੋਰਟ ਜਾਰੀ ਕੀਤੇ ਜਾ ਚੁੱਕੇ ਨੇ। ਇੱਥੇ ਦੱਸਣਾ ਬਣਦਾ ਹੈ ਕਿ ਓਨਟੈਰੀਓ ਦੇ ਮਿਲਟਨ ਸ਼ਹਿਰ ਨਾਲ ਸੰਬੰਧਿਤ ਪਰਿਵਾਰ ਵੱਲੋਂ ਸੈਰ ਸਪਾਟੇ ਲਈ $35,000 ਦੇ ਖਰਚੇ ਨਾਲ ਕਰਵਾਈਆਂ ਬੁਕਿੰਗਸ ਸਿਰਫ ਇਸ ਕਰਕੇ ਮਿੱਟੀ ਹੋ ਜਾਣਗੀਆਂ ਕਿਉਂਕਿ ਇਹਨਾਂ ਦੇ ਪਾਸਪੋਰਟ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ। ਪਰ ਹੁਣ ਇਸ ਪਰਿਵਾਰ ਦੀ ਮੰਤਰਾਲੇ ਵੱਲੋਂ ਮੁਸ਼ਕਲ ਤਾਂ ਹੱਲ ਕਰ ਦਿੱਤੀ ਜਾ ਚੁੱਕੀ ਹੈ, ਪਰ ਹੁਣ ਇਹ ਦੇਖਣਾ ਹੋਵੇਗਾ ਕਿ ਉਹਨਾਂ ਲੋਕਾਂ ਦਾ ਜੋ ਕਿ ਕੋਰੋਨਾ ਮਹਾਮਾਰੀ ਦੇ ਦੌਰਾਨ ਕੈਨੇਡਾ ਦੇ ਵਿੱਚ ਫਸੇ ਹੋਏ ਸਨ, ਜਾਂ ਫਿਰ ਕੋਰੋਨਾ ਖਤਮ ਹੋਣ ਤੋਂ ਬਾਅਦ ਹਵਾਈ ਸਫ਼ਰ ਕਰਨਾ ਚਾਹੁੰਦੇ ਨੇ, ਜਾਂ ਫਿਰ ਉਹ ਉਮੀਦਵਾਰ ਜੋ ਕਿ ਕੈਨੇਡਾ ਜਾਣ ਦੇ ਸੁਪਨੇ ਲੈ ਰਹੇ ਨੇ, ਉਹਨਾਂ ਦੇ ਪਾਸਪੋਰਟ ਉਹਨਾਂ ਦੇ ਹੱਥਾਂ ਵਿੱਚ ਕਦੋਂ ਤੱਕ ਆਉਣਗੇ। ਬਿਊਰੋ ਰਿਪੋਰਟ, ਚੈਨਲ ਪੰਜਾਬੀ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।